ਨਹੀਂ ਬਸ ਹੀ ਉਹ ਕਹਿ ਰਹੇ ਹੁੰਦੇ ਨਾ ਵੀ ਜਿੱਥੇ ਚਾਹ ਉੱਥੇ ਰਾਹ, ਹਨਾ। ਮੈਨੂੰ ਹੁਣ ਪਤਾ ਨਹੀਂ ਤੁਹਾਡੀ ਇੰਗਲਿਸ਼ 'ਚ ਉਹਦੇ ਕੀ ਬਣਦਾ, ਵੀ ਜਦੋਂ ਆਪਣੀ ਵਿਲ ਪਾਵਰ ਹੁੰਦੀ ਹੈ ਤਾਂ ਬੰਦੇ ਦੂਰੋਂ ਦੂਰੋਂ ਮਿਲ ਜਾਂਦੇ, ਹਨਾ। ਅਤੇ ਬਸ ਇੱਦਾਂ ਹੀ ਅਸੀਂ ਮਿਲੇ ਸੀਗੇ ਕਿਸੇ ਨਾ ਕਿਸੇ ਹਿਸਾਬ ਨਾਲ, ਇੱਕ ਗਾਣਾ ਕਰਨ ਲਈ ਮਿਲੇ ਸੀ, ਅਤੇ ਉਹ ਤੋਂ ਬਾਅਦ ਸਾਡੀ ਟੀਮ ਹੀ ਬਣ ਗਈ। ਆਪਸ 'ਚ ਅੰਡਰਸਟੈਂਡਿੰਗ ਹੀ ਇੰਨੀ ਹੋਈ ਸਾਡੀ, ਅਤੇ ਉਹਨਾਂ ਨੂੰ ਮੇਰਾ ਸਟਾਈਲ ਵਧੀਆ ਲੱਗਿਆ, ਮੈਨੂੰ ਉਹਨਾਂ ਦਾ ਵਧੀਆ ਲੱਗਿਆ ਮਿਊਜ਼ਿਕ, ਹਨਾ। ਵੀ ਸਾਨੂੰ ਇਹ ਸੀਗਾ ਵੀ ਕੁਛ ਹੈ ਇਕੱਠੇ ਹੋ ਕੇ ਅਸੀਂ ਕੁਛ ਨਾ ਕੁਛ ਵਧੀਆ ਕਰ ਸਕਦੇ ਹਾਂ, ਅਤੇ ਕੁਛ ਇਹ ਗੱਲ ਸੀਗੀ ਅਸੀਂ ਅੰਡਰ ਐਸਟੀਮੇਟ ਕੀਤੇ ਹੋਏ ਸੀ ਲੋਕਾਂ ਨੇ, ਬਹੁਤ ਜ਼ਿਆਦਾ ਨੇ, ਵੀ ਇਹਨਾਂ ਤੋਂ ਤਾਂ ਇਹ ਤਾਂ ਕੀ ਕਰਨਗੇ, ਹੈ ਨਾ। ਉਹ ਉਹਨਾਂ ਨੂੰ ਵੀ 10 ਸਾਲ ਹੋ ਗਏ ਸੀ, ਯਾਨੀ ਕਿ ਮੈਨੂੰ ਤਾਂ ਮੇਰਾ ਸਟਰਗਲ ਤਾਂ ਬਹੁਤ ਥੋੜ੍ਹਾ ਉਹਨਾਂ ਹਿਸਾਬ ਨਾਲ, ਅਤੇ ਬਸ ਕੁਛ ਕੁ ਸਾਨੂੰ ਇਹ ਸੀਗਾ ਵੀ ਥੋੜ੍ਹੇ ਜਿਹੇ ਭੁਲੇਖੇ ਕੱਢਣੇ ਨੇ, ਤਾਂ ਕਰਕੇ ਉਹ ਫਿਰ ਅਸੀਂ ਤਾਂ ਉੱਦਾਂ ਹੀ ਕਿੜਚ ਹੀ ਇਕੱਠੇ ਹੋਏ ਸੀਗੇ, ਅਤੇ ਪਰ ਪਤਾ ਨਹੀਂ ਕੀ ਪਰਮਾਤਮਾ ਕੀ ਕੁਛ ਸੋਚੀ ਬੈਠਾ ਸੀ। ਪਤਾ ਕੀ ਗੁਰਤਿੰਗ ਇਹ ਆ ਕਿ ਜੇ ਉਹਨਾਂ ਨੇ ਸਟਰਗਲ ਵੀ ਕੀਤਾ, ਉਹਨਾਂ ਨੇ ਆਪਣਾ ਜਿਹੜਾ ਸਟਾਈਲ ਕਦੀ ਬਦਲਿਆ ਨਹੀਂ। ਹਾਂਜੀ ਹਾਂਜੀ ਹਾਂਜੀ, ਹੁਣ ਬਹੁਤ ਘੱਟ ਬੰਦੇ ਇੰਡਸਟਰੀ 'ਚ ਇਹੋ ਜਿਹੇ ਹੁੰਦੇ ਨੇ, ਹੈ ਨਾ। ਵੀ ਅੱਜ ਕੱਲ੍ਹ ਲੋਕਾਂ ਨੇ ਸਿੰਗਰਾਂ ਦਾ ਕੀ ਟ੍ਰੈਂਡ ਆ, ਉਹ ਸਿਰਫ ਵਰਤਦੇ ਨੇ ਮਿਊਜ਼ਿਕ ਲਈ, ਉਹ ਵਰਤਦੇ ਨੇ ਬਿਜ਼ਨਸ ਲਈ, ਉਹ ਵਰਤਦੇ ਨੇ ਪੈਸੇ ਲਈ। ਅਤੇ ਮੇਰੇ ਜਿੰਨੇ ਕੁ ਮੈਂ ਮੇਰਾ ਥੋੜ੍ਹਾ ਜਿਹਾ ਹੋਰ ਮੈਂ ਥੋੜ੍ਹਾ ਇਮੋਸ਼ਨਲ ਹੋ ਕੇ ਚੱਲ ਇਹਨਾਂ ਚੀਜ਼ਾਂ ਲਈ, ਮਿਊਜ਼ਿਕ ਲਈ ਵੀ, ਅਤੇ ਜਿਹੜੇ ਮੇਰੇ ਨਾਲ ਕੰਮ ਕਰਦੇ ਨੇ ਮੇਰੀ ਟੀਮ ਲਈ ਵੀ। ਤੁਸੀਂ ਹੁਣ ਕਿੰਨੇ ਹੀ ਸਿੰਗਰ ਨੇ, ਵੱਡੇ ਵੱਡੇ ਸਿੰਗਰ ਹੋਏ ਨੇ ਤੁਹਾਡੇ ਸਾਹਮਣੇ, ਐਲਬਮਾਂ ਤੱਕ ਕੀਤੀਆਂ ਨੇ ਉਹਨਾਂ ਨੇ ਸਿੰਗਰਾਂ ਮਿਊਜ਼ਿਕ ਡਾਇਰੈਕਟਰਾਂ ਨਾਲ, ਅਤੇ ਹਿੱਟ ਵੀ ਹੋਈਆਂ ਨੇ, ਪਰ ਤੁਸੀਂ ਕਦੇ ਨਹੀਂ ਦੇਖਿਆ ਹੋਊਗਾ ਵੀ ਕਿ ਇੱਕ ਮਿਊਜ਼ਿਕ ਡਾਇਰੈਕਟਰ ਦਾ ਸਿੰਗਰ ਦੇ ਨਾਲ ਬਰਾਬਰ ਚੱਲਿਆ, ਹੈ ਨਾ। ਨਾਮ ਤੁਸੀਂ ਮੇਰੀ ਟੀਮ ਦੇਖ ਲਓ, ਤੁਸੀਂ ਬਿੱਗ ਬਰਡ ਦੇਖ ਲਓ, ਮੇਰੇ ਨਾਲ ਉਹਦੇ ਚਾਰ ਪਤਾ ਨਹੀਂ 5-6 ਗਾਣੇ ਆਏ ਨੇ, ਤਾਂ ਇਹ ਨਹੀਂ ਹੈਗਾ, ਅਤੇ ਉਹਨੂੰ ਬਰਾਬਰ ਦਾ ਪਿਆਰ ਮਿਲਿਆ, ਹੈ ਨਾ। ਤੁਸੀਂ ਕਿਸੇ ਵੀ ਮਿਊਜ਼ਿਕ ਡਾਇਰੈਕਟਰ ਦਾ ਅੱਜ ਤੱਕ ਖੋਲ੍ਹ ਕੇ ਦੇਖ ਲਓ ਵੀ ਮੈਂਸ਼ਨ ਨਹੀਂ ਹੋਇਆ ਨਾਮ, ਹੈ ਨਾ। ਸਿੰਗਰ ਹਿੱਟ ਹੋ ਜਾਂਦੇ ਨੇ ਪਰ ਮਿਊਜ਼ਿਕ ਡਾਇਰੈਕਟਰ ਨਹੀਂ ਹੁੰਦਾ, ਜਿਹੜੇ ਉਹਦੇ ਨਾਲ ਹੁੰਦੇ ਉਹ ਨਹੀਂ ਹਿੱਟ ਹੁੰਦੇ, ਪਰ ਮੇਰੀ ਟੀਮ ਹੀ ਹੈ ਸਾਰਾ। ਸਨੀ ਦਾ ਵੀ ਓਨਾ ਹੀ ਨਾਮ ਆ, ਅੱਜ ਮੇਰਾ ਵੀ ਓਨਾ ਹੀ ਨਾਮ ਹੈ, ਅਤੇ ਬਰਡ ਦਾ ਵੀ ਓਨਾ ਹੀ ਨਾਮ।